ਹਿਮਾਚਲ ਦੀ ਔਰਤ ਨੂੰ ਵਿਅਕਤੀ ਵੱਲੋਂ ਭਜਾਉਣ ਦੇ ਮਾਮਲੇ 'ਚ ਹਿਮਾਚਲ ਪੁਲਿਸ ਅਰੈਸਟ ਵਾਰੰਟ ਨਾਲ ਲੁਧਿਆਣਾ ਪਹੁੰਚੀ। ਐਡਰੈਸ ਗਲਤ ਹੋਣ ਤੇ ਬੇਰੰਗ ਹਿਮਾਚਲ ਦੀ ਪੁਲਿਸ ਨੂੰ ਵਾਪਸ ਪਰਤਣਾ ਪਿਆ। ਕਿਹਾ ਕਿ ਆਧਾਰ ਕਾਰਡ ਤੇ ਲੁਧਿਆਣਾ ਦਾ ਐਡਰੈਸ ਹੈ। ਦਰਅਸਲ ਮਾਮਲਾ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਤੋਂ ਸਾਹਮਣੇ ਆਇਆ, ਜਿੱਥੇ ਕਿ ਹਿਮਾਚਲ ਦੀ ਪੁਲਿਸ ਇੱਕ ਵਿਅਕਤੀ ਦੇ ਅਰੈਸਟ ਵਾਰੰਟ ਲੈ ਕੇ ਇੱਕ ਘਰ ਦੇ ਵਿੱਚ ਪਹੁੰਚੀ ਤਾਂ ਪਤਾ ਚੱਲਿਆ ਕਿ ਉਸ ਘਰ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਉਹਨਾਂ ਦੇ ਪੀਰ ਨਿਗਾਹ ਤੇ ਫਲਾਵਰ ਦੀ ਦੁਕਾਨ ਲਗਾਉਣ ਵਾਲੀ ਇੱਕ ਔਰਤ ਨੂੰ ਬਹਿਲਾ ਫੁਸਲਾ ਕੇ ਭਜਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਉਕਤ ਔਰਤ ਦੇ ਪਤੀ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਤੇ ਹਿਮਾਚਲ ਪੁਲਿਸ ਲੁਧਿਆਣਾ ਪਹੁੰਚੀ। ਤਾਂ ਜਿਸ ਐਡਰੈਸ ਤੇ ਹਿਮਾਚਲ ਦੀ ਪੁਲਿਸ ਲੁਧਿਆਣਾ ਪਹੁੰਚੀ ਤਾਂ ਉੱਥੇ ਜਾ ਕੇ ਪਤਾ ਲੱਗਾ ਕਿ ਇਸ ਨਾਮ ਦਾ ਕੋਈ ਵੀ ਵਿਅਕਤੀ ਇੱਥੇ ਨਹੀਂ ਰਹਿੰਦਾ। ਦੱਸ ਦਈਏ ਕਿ ਉੱਥੇ ਹੀ ਪੀੜਿਤ ਪਤੀ ਨੇ ਕਿਹਾ ਕਿ ਉਹ ਪੀਰ ਨਿਗਾਹ ਹਿਮਾਚਲ ਦੇ ਵਿੱਚ ਆਪਣੇ ਫੁੱਲਾਂ ਦੀ ਦੁਕਾਨ ਲਗਾਉਂਦਾ ਅਤੇ ਕੁਝ ਸਮਾਂ ਬਿਮਾਰ ਹੋਣ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਦੁਕਾਨ ਤੇ ਬਿਠਾਉਣਾ ਸ਼ੁਰੂ ਕਰ ਦਿੱਤਾ। ਉੱਥੇ ਹੀ ਕਿਸੇ ਵਿਅਕਤੀ ਦੇ ਨਾਲ ਉਸਦੀ ਗੱਲਬਾਤ ਹੋ ਗਈ, ਜਿਸ ਤੋਂ ਬਾਅਦ ਉਹ ਉਸਦੇ ਨਾਲ ਭੱਜ ਗਈ ਅਤੇ ਉਸਦੇ ਫੋਨ ਨੰਬਰ ਤੋਂ ਟਰੇਸ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਇਹ ਐਡਰੈਸ ਲੁਧਿਆਣਾ ਦਾ ਹੈ। ਜਿਸ ਤੋਂ ਬਾਅਦ ਇੱਥੇ ਆ ਕੇ ਦੇਖਿਆ ਤਾਂ ਇਹ ਐਡਰੈਸ ਗਲਤ ਨਿਕਲਿਆ। ਸਰ, ਮੇਰਾ ਆਪਣਾ ਫਲਾਵਰ ਡੈਕੋਰੇਸ਼ਨ ਦਾ ਕੰਮ ਹੈ, ਮੈਂ ਪੀਰ ਨਿਗਾਹ ਮੇਂ ਮੇਰਾ ਸ਼ੌਕ ਹੈ, ਤਾਂ ਮੈਂ ਵਹਾਂ ਕੰਮ ਕਰਦਾ। ਫਿਰ ਮੈਂ ਕੁਛ ਬਿਮਾਰ ਹੋ ਗਿਆ, ਇਸੀ ਬੀਚ ਮੈਂ ਮੇਰੀ ਹੋਰ ਵਹਾਂ ਕੰਮ ਕਰਨ ਲੱਗ ਪੜੀ। ਇੱਕ ਲੁਧਿਆਣਾ ਸ਼ਹਿਰ ਦਾ ਲੜਕਾ ਹੈ, ਜਿਸ ਦਾ ਨੰਬਰ ਵਗੈਰਾ ਹਾਂ, ਮੇਰੇ ਫੋਨ ਕਰਤਾ ਮੇਰੀ ਬੀਵੀ ਕੋ, ਔਰ ਫਿਰ ਉਹ ਉਸੀ ਕੋਈ ਸਾਥ ਬਾਤ ਦੀ ਉਹ ਜਦ ਉਸਦਾ ਸਾਰਾ ਹਮਨੇ ਫੋਨ ਵਗੈਰਾ ਚੈੱਕ ਕੀਆ, ਟਰੈਕ ਕੀਆ, ਉਹ ਸਾਰਾ ਐਡਰੈਸ ਲੁਧਿਆਣੇ ਕਾ ਨਿਕਲਾ ਹੈ, ਇਸਲਿਏ ਹਮ ਲੁਧਿਆਣੇ ਮੈਂ ਆਈ ਹੈ। ਤੋ ਯਹਾਂ ਪੇ ਮਿਲੇ ਆਪਕੋ ਕੋਈ? ਯਹਾਂ ਪੇ ਮੇਰੇ ਕੋ ਹਮਨੇ ਕੋਈ ਨਹੀਂ ਮਿਲਾ। ਤੋ ਆਪ ਫਿਰ ਵਾਪਸ ਹੋ ਗਿਆ ਸੀ? ਦੇਖਦੇ ਸਰ, ਜੈਸਾ ਹਰੇਕ ਪ੍ਰੋਜੈਕਟ ਸਰ ਕਹਿੰਦੇ ਤੁਸੀਂ ਸਮਝੇ ਕਰੀਏ ਸਰ, ਔਰ ਜੇ ਪੱਕਾ ਤਾਂ ਉਸਕਾ ਆਧਾਰ ਕਾਰਡ ਬਣਾ ਹੋਇਆ ਜੀ, ਜਹਾਂ ਜਹਾਂ ਕਾ ਆਧਾਰ ਕਾਰਡ ਹੈ ਵਹਾਂ ਤੋ ਹੈ ਹੀ ਨਹੀਂ ਨਾ ਵੋ ਆਧਾਰ ਕਾਰਡ ਬਣਾ ਵਹਾਂ ਪੇ ਆਪਣਾ ਆਪਣਾ ਮਕਾਨ ਥਾ ਉਨਕਾ ਰੈਂਟ ਪੇ ਥੇ ਵਹਾਂ ਪੇ? ਉਨਕਾ ਆਪਣਾ ਮਕਾਨ ਹੈ ਜਹਾਂ ਪੇ ਆਧਾਰ ਕਾਰਡ ਬਣਾ ਹੋਇਆ ਸਰ, ਤੁਮਸੇ ਪੁੱਛਾ ਵੋ ਕਹਿ ਰਹੇ ਹਮਾਰਾ ਆਪਣਾ ਮਕਾਨ ਹੈ, ਉਨਹੀਂ ਕਾ ਐਡਰੈਸ ਹੈ ਜੀ। ਨਹੀਂ, ਜਿਨਕਾ ਜਿਨਕਾ ਆਧਾਰ ਕਾਰਡ ਹੈ ਉਨਕਾ ਆਪਣਾ ਐਡਰੈਸ ਹੈ ਜਾਂ ਰੈਂਟ ਪੇ ਰਹਿਤੇ ਥੇ? ਯੇ ਮੁਝੇ ਨਹੀਂ ਪਤਾ ਜੀ, ਕਿਉਂਕਿ ਆਧਾਰ ਕਾਰਡ ਕਾ ਹੈ ਜੋ ਇਸੀ ਕਾ ਐਡਰੈਸ ਹੈ। ਕੋਈ ਕਿਰਾਏਦਾਰ ਰਹਿੰਦੇ ਸੀ ਸਾਡੇ ਘਰ ਵੀ ਨਹੀਂ ਰਹਿ ਕੇ ਗਿਆ, ਹੋਰ ਕਿਤੇ ਰਹਿੰਦੇ, ਐਡਰੈਸ ਸਾਡੇ ਘਰ ਦਾ ਪਤਾ ਨਹੀਂ ਕਿਵੇਂ ਉਹਨੇ ਆਧਾਰ ਕਾਰਡ ਬਣਾ ਲਿਆ। ਤੁਸੀਂ ਕੋਈ ਪ੍ਰੂਫ ਵਗੈਰਾ ਤਾਂ ਨਹੀਂ ਦਿੱਤਾ ਕਿਸੇ ਨੂੰ? ਨਹੀਂ, ਬਿਲਕੁਲ ਨਹੀਂ ਪ੍ਰੂਫ ਦਿੱਤਾ। ਸਾਨੂੰ ਪਤਾ ਹੀ ਨਹੀਂ ਕੌਣ ਅਰੁਣ ਕੁਮਾਰ ਕੌਣ ਹੈ। ਹੂੰ, ਕੀ ਕਹਿੰਦੀ ਪੁਲਿਸ ਫਿਰ? ਉਸ ਨੇ ਲਿਖ ਕੇ ਲੈ ਗਈ, ਮੈਂ ਸੈਨ ਕਰਾ ਕੇ ਲੈ ਗਈ, ਮੇਰੇ ਕਹਿੰਦੇ ਕਲੀਅਰ ਕਹਿ ਦਾਂਗੇ ਅਸੀਂ, ਫਿਰ ਨਹੀਂ ਰਹਿੰਦਾ ਉਹਨਾਂ ਦੇ ਕੋਈ। 2 ਮਹੀਨੇ ਪਹਿਲੇ ਸੁਮਨ ਦੇਵੀ ਵਾਈਫ ਆਫ ਕਰਕੇ ਕਨਫਰਮ ਇੱਕ ਉਸਕਾ ਘਰ ਸੇ ਮਿਸਿੰਗ ਹੋਈ ਥੀ ਡਿਸਟ੍ਰਿਕਟ ਉਨਾਵਾ। ਠੀਕ ਹੈ ਜੀ, ਕਿਉਂਕਿ ਅਸ਼ਵਨੀ ਕੁਮਾਰ ਜੀ ਨੇ ਇੱਕ ਮਿਸਿੰਗ ਕੀ ਰਿਪੋਰਟ ਲਿਖਾਈ ਥੀ ਚੌਕੀ ਮੈਂ ਆ ਕੇ ਕਿ ਮੇਰੀ ਵਾਈਫ ਮਿਸਿੰਗ ਹੈ, ਤੋ ਉਸਕਾ ਬਾਅਦ ਮੈਂ ਕਿਸੀ ਤਰ੍ਹਾਂ ਸੇ ਪਤਾ ਚਲਾ ਕਿ ਇਸ ਨੰਬਰ ਸੇ ਉਸਕੀ ਬਾਤ ਹੋਤੀ ਹੈ, ਤੋ ਉਸਕਾ KYC ਨਿਕਾਲ ਕਰਕੇ ਜੋ ਅਡਰੈਸ ਥਾ ਹਮੇਂ ਆਇਆ ਥਾ ਕਿ ਇਹ ਅਰੁਣ ਕੁਮਾਰ ਸਾਨੂੰ ਸੀਗੀ ਮਾਨਸੂਲ RO ਹਾਊਸ ਨੰਬਰ 8842 ਸਟਰੀਟ ਨੰਬਰ 28 ਕੋਟ ਮੰਗਲ ਸਿੰਘ ਲੈਂਡਮਾਰਕ ਵਾਰਡ ਨੰਬਰ 65 ਲੁਧਿਆਣਾ ਕਾ। ਆਵਾਜ ਹਮ ਇਸਮੇ ਹਮ ਆਏ ਥੇ ਘਰ ਮੈਂ, ਤੋ ਯਹਾਂ ਪੇ ਹਮਨੇ ਵੈਰੀਫਾਈ ਕੀਆ, ਤੋ ਯਹਾਂ ਸੇ ਪਤਾ ਚਲਾ ਕਿ ਇਸ ਨਾਮ ਕਾ ਵਿਅਕਤੀ ਕਭੀ ਵੀ ਹਮਾਰੇ ਪਹਿਲੇ ਯਹਾਂ ਨਾ ਰਹਾ ਹੈ ਨਾ ਅਬ ਐਟ ਪ੍ਰੈਜੈਂਟ ਹੈ, ਤੋ ਇਸਕੀ ਹਮ ਤਸਦੀਕ ਕਰਕੇ ਵਾਪਸ ਜਾ ਰਹੇ ਹੈ। ਸਰ, ਜੋ ਲੜਕੀ ਹੈ ਉਹ ਕਹਾਂ ਕੀ ਰਹਿਣ ਵਾਲੀ ਹੈ? ਉਹ ਡਿਸਟ੍ਰਿਕਟ ਉਨਾ ਕੀ ਡਿਸਟ੍ਰਿਕਟ ਉਨਾ ਕੀ ਹੈ ਉਨਾ ਸ਼ਹਿਰ। ਤੋ
ਪੂਰਾ ਮੈਟਰ ਕਿਆ ਲੜਕੀ ਮਿਸਿੰਗ ਹੈ ਕਿਡਨੈਪ ਹੈ ਕਿਆ ਮਿਸਿੰਗ ਮਿਸਿੰਗ ਕਿਡਨੈਪ ਨਹੀਂ ਹੈ ਮਿਸਿੰਗ ਹੈ 45 ਅਪਰੋਕਸੀਮੇਟਲੀ 45 ਈਅਰ ਉਸਕੀ ਏਜ ਹੈ ਦੋ ਬੱਚੇ ਹੈ ਉਸਕੇ ਹਸਬੈਂਡ ਉਸਕਾ ਸਾਥ ਮੇਂ ਆਇਆ ਹੁਆ ਹੈ